ਬੂਟਾ ਮੇਰੀ ਆਸ ਉਮੀਦ ਦਾ ਸਾਇਆ ਕਰ ਦੇ ਮੇਵੇ ਬੜਿਆ ਮੇਰੇ ਸਾਥ ਇੱਕ ਨੌਜਵਾਨ ਖੜਾ ਹੈ ਜੋ ਕਿ ਮੀਆਂ ਮੁਹੰਮਦ ਬਖਸ਼ ਆਪ ਕੋ ਪੜਤਾ ਹੈ ਜਿੰਨ ਕੋ ਸੁਣਕਰ ਆਪ ਅਸ਼ਕਰ ਉਠੇਗੇ ਮੈਂ ਇਕੱਲਾ ਰਹਾ ਤਾ ਮੇਰੇ ਮੂਛ ਨੇ ਮੈਨੂੰ ਬਿਠਾਇਆ ਕੋਬਰਾ ਸ਼ੀਸ਼ਨਾਗੇ ਉੱਥੇ ਮੌਜੂਦ ਨੇ ਕਮਰੇ ਦੇ ਵਿੱਚ असल नाजरीन मैं हूँ आपका होस्ट इमरान और आप देख रहे हैं उर्दू पॉइंट इस वक्त हम पीर मक्की की गली कूचों में विजिट कर रहे हैं लाहौर की गलियों में विजिट कर रहे हैं और तरह तरह की दास्तान आपके लिए आपकी नजर कर रहे हैं मेरे साथ एक नौजवान खड़ा है जो कि मियाँ मोहम्मद साहब को पढ़ता है जिनको सुनकर आप अश अश कर उठेंगे सामेकम जी ਵਾਲੇਕਮ ਸਲਾਮ ਕੀ ਨਾਮ ਹੈ ਆਪਣਾ ਮੇਰਾ ਨਾਮ ਮੁਹੰਮਦ ਯੂਨਸ ਖਾਨ ਕਿੰਨੇ ਸਾਲ ਤੋਂ ਲੋਰ ਹਾਂ ਮੈਂ ਸਾਡੇ ਦਾਦੇ ਦੀ ਮਾਸ਼ਾਅੱਲਾ ਲੋਰ ਦੀ ਪਦੇਸ਼ ਹੈ ਤੇ ਕਲਾਮ ਸ਼ੁਰੂ ਕਰੋ ਬਿਸਮਿਲ੍ਲਾ ਕਰੋ ਫਿਰ ਰਾਈ ਬੋਰਡ ਨਹੀਂ ਹੈ ਬਿਸਮਿਲ੍ਲਾ ਰਹਿਮਾਨ ਨਹੀਂ ਰਹੀ ਅਵਲ ਹਮਦ ਸਨਾ ਇਲਾ ਮਾਲਿਕ ਹਰੇ ਹਰੇ ਦਾ ਉਸ ਦਾ ਨਾਮ ਚਤਾਰਨ ਵਾਲਾ ਕਿਸੇ ਮੈਦਾਨ ਨਹੀਂ ਹਰਦਾ ਤੇ ਰਹਿਮਤ ਦਾ ਮੀ ਪਾ ਦੇ ਹੁਦਾਯਾ ਤੇ ਬਾਗ ਸੁਕਾ ਕਰ ਹਰਿਆ ਬੂਟ ਮੇਰੀ ਆਸ ਉਮੀਦ ਦਾ ਸਾਇਆ ਕਰ ਦੇ ਮੇਵੇ ਬੜਿਆ ਯਾ ਇਲਾਹੀ ਹਰ ਧਮ ਵਗਦਾ ਤੇਰਾ ਜੇ ਇੱਕ ਕਤੜਾ ਬਖਸ਼ੇ ਮੈਨੂੰ ਤੇ ਕਮ ਬਨ ਜਾਂਦਾ ਹੀ ਮੇਰਾ ਕੀ ਮੰਗਾ ਕਿਸ ਮਾਨਤੇ ਮੰਗਾ ਤੇ ਕੀ ਮੇਰੇ ਵਿੱਚ ਮੇਰਾ ਜੇ ਬਿਨ ਮੰਗਿਓ ਤੂੰ ਦੇ ਦੇਵੇਂ ਤੇ ਦੱਸ ਕੀ ਕੱਟ ਜਾਂਦਾ ਈ ਤੇਰਾ ਰੇ ਸੰਬਾਲਾ ਦਿੱਕੇ ਦੇਵਨ ਵਾਲੇ ਬੋਤੇ ਤੇ ਇੱਕ ਤੂੰ ਹੱਥ ਪਕਰਨ ਵਾਲਾ ਤੇ ਪੜਿਆ ਪੜਿਆ ਹਰ ਕੋਈ ਆਖੇ ਤੇ ਮੈਂ ਵੀ ਆਖਾਂ ਪੜਿਆ ਦਗ ਮਲਾ ਵਾਲੀ ਦਾਗ ਨਾ ਲਾਵੀ ਜੱਲਿਆ ਹਸ਼ਰ ਦਿਹਾਰੇ ਫਿਰ ਨਾ ਆਖੀ ਹਾਯੋ ਰੱਬਾ ਐ ਕੀ ਬਣਿਆ ਤੇ ਬੇਸ਼ੱਕ ਮੇਰੇ ਅਮਲ ਨਹੀਂ ਚੰਗੇ ਆ ਵੇਖ ਲੈ ਨਿਸਬਤ ਮੇਰੀ ਮੰਗਤਿਆਂ ਨੂੰ ਸੁਲਤਾਨ ਬਣਾਵੇ ਸੋਨਾ ਦਾਤਾ ਅਲੀ ਹਜਵੇਰੀ ਆਏ ਗੰ ਜਿਦਰ ਸੇ ਉਦਏ ਗਏ ਮੇਰੇ بگਰੇ ਕਾਮ ਸਵੜੇ मेरे बिगड़े काम समर गए मेरे बिगड़े काम समर गए मैंने जब जुबान से ये कहा सलोल अच्छा मुझे बताएं कब से ये ड्यूटी दे रहे हैं पढ़ने की बचपन से कितना अरसा हो गया आपको पढ़ते माशाल्लाह इतना सुरीला पढ़ते हैं आपने तो समा बांध दिया है जी ये मेरे माँ वालदेन की दुआ है मुझे तो और कुछ बलियों की हास निगाह नजर करम है कहाँ कौन कौन से मजार पे ड्यूटी दे चुके हैं आप नहीं मैं सिर्फ हजूर सरकार पे या दाता हजूर सरकार पे देता हूँ बस कितने साल से दे रहे हैं बचपन से ही बलालगंज की मेरी राइश है बलालगंज से अब मैं होता हूँ रावी के किनारे लाल कालीजाला का बोटिंग हाउस है वहाँ पे मैं रहता हूँ आप रावी के किनारे पे रहते हैं जी। तो कितने लोग रहते हैं आपके घर में नहीं मैं अकेला रहता हूँ और वहाँ पे बुजुर्गों का बुजुर्गों के मसरन के उठन बैठ है शुरू से ही बैठक है एक तरफ गौशाला है अच्छा जहाँ पे बदरुए और दूसरी चीजें हैं हवाई चीज़ें हैं यानी गौशाला जिसे कहते हैं जी दरिया के किनारे ਬਾਬਾ ਛਤਰੀ ਵਾਲੇ ਬਾਬਾ ਚੁੱਪ ਸਾਈ ਵਾਂ ਪੇ ਮਸ਼ਹੂਰ ਹੈ ਅੱਛਾ ਜਿਸ ਤਰ੍ਹਾਂ ਮੈਂ ਰਹਤਾ ਹੂੰ ਮੈਂ ਬੈਠਾ ਹੂੰ ਆਉਂ ਮੇਰੇ ਮੁਰਸ਼ਦ ਨੇ ਮੁਝੇ ਬਿਠਾਇਆ ਹੈ ਲਾ ਕਾਲਜ ਵਾਲੋਂ ਦਾ ਬੋਟਿੰਗ ਹਾਊਸ ਹੈ ਔਰ ਉਹ ਖੰਡਰ ਮਸ਼ਹੂਰ ਹੈ ਸੱਪੋਂ ਵਾਲਾ ਖੰਡਰ ਸਾਂਪੋਂ ਵਾਲਾ ਖੰਡਰ ਸੱਪੋਂ ਹਾਂ ਸਾਂਪੋਂ ਵਾਲਾ ਉਹ ਤਾਂ ਨਹੀਂ ਸ਼ੀਸ਼ ਨਾਗਾ ਵਾਲੀ ਵੇਲੀ ਜਿਹੜੀ ਜੀ ਮਸ਼ਹੂਰ ਹੈ ਬਿਲਕੁਲ ਜੀ ਬਿਲਕੁਲ ਆ ਸ਼ੀਸ਼ ਨਾ ਕੋਬਰਾ ਸ਼ੀਸ਼ ਨਾ ਆਗੇ ਤੇ ਮਾਸ਼ਾਅੱਲਾ ਬਜ਼ੁਰਗ ਨੇ ਉਹ ਵੀ ਉਹ ਵੀ ਬਜ਼ੁਰਗ ਨੇ ਅੱਛਾ ਸਾਹਮਣੇ ਆਤੇ ਆ ਉਹ हां जी आंदे ਨੇ ਜਦੋਂ 14ਵੀਂ ਦੀ ਰਾਤ ਹੋਵੇ ਤੇ ਉਦੋਂ ਦੋਵੇਂ ਜੀ ਬਾਹਰ ਨਿਕਲ ਕੇ ਤੇ ਅੱਲਾਹੂ ਦੀ ਮਸਤੀ ਵਿੱਚ ਦੇ ਵਿੱਚ ਨਾ ਕਾਲੇ ਰੰਗ ਕੇ ਆਇਆ ਕਿੱਸੇ ਜੀ ਮਾਸ਼ਾਅੱਲਾ ਰੰਗ ਉਹਨਾਂ ਦਾ ਕਾਲਾ ਹੈ ਪਰ ਉਹ ਕਾਲੇ ਦੇ ਵਿੱਚ ਗੁਲਾਬੀ ਸ਼ੇਡ ਵੀ ਹੈ ਸਬਦ ਸ਼ੇਡ ਵੀ ਹੈ ਸੁਨਹਿਰੀ ਸ਼ੇਡ ਵੀ ਹੈ ਚਾਂਦੀ ਰੰਗ ਦਾ ਵੀ ਸ਼ੇਡ ਹੈ ਸੱਤ ਸ਼ੇਡ ਨੇ ਅੱਛਾ ਆਪ ਕੋ ਆਪ ਕੋ ਮਿਲਤੇ ਮਿਲੇ ਆ ਕبھی ਆਪ ਨੇ ਦੇਖਿਆ ਹੈ ਜੇ ਮੈਂ ਤੁਹਾਨੂੰ ਕਲਾਮ ਸੁਣਾਇਆ ਸੱਲੂ ਵਲੇਹ ਵਾਲੇ ਹੀ ਮੀਆਂ ਮਮਨ ਬਖਸ਼ ਸਾਹਿਬ ਦਾ ਕਲਾਮ ਹੈ ਬੜੇ ਸ਼ੌਂਕ ਨਾਲ ਸੁਣਦੇ ਨੇ ਅਜੇ ਤੂੰ ਤੁਸੀਂ ਇਹ ਪੜਦੇ ਹੋ ਤੇ ਫਿਰ ਉਦੋਂ ਉਹ ਬਾਹਰ ਆ ਜਾਂਦੇ ਨੇ ਹਾਂਜੀ ਉਹ ਉੱਥੇ ਮੌਜੂਦ ਨੇ ਕਮਰੇ ਦੇ ਵਿੱਚ ਅੱਛਾ ਉਸੇ ਜਿਸ ਕਮਰੇ ਤੁਸੀਂ ਰਹਿੰਦੇ ਹੋ ਉੱਥੇ ਹੀ ਮੌਜੂਦ ਨੇ ਹਾਂਜੀ ਉੱਥੇ ਮੌਜੂਦ ਨੇ ਲੇਕਿਨ ਨਜ਼ਰ ਨਹੀਂ ਆਉਂਦੇ ਕਿਸੇ ਨੂੰ ਨਹੀਂ ਉੱਥੇ ਸਭ ਸਭ ਨੂੰ ਪਤਾ ਹੈ ਮੈਂ ਜਾਵਾਂ ਤੇ ਮੈਨੂੰ ਮਿਲ ਲੈਣਗੇ 14ਵੀਂ ਦਿਨ ਤੁਹਾਨੂੰ ਆਣਾ ਪਏਗਾ ਗੁਸਲ ਦੇ ਵਿੱਚ ਅੱਛਾ ਹਾਂ ਉਹ ਸ਼ਬੂਨ ਲਾ ਕੇ ਉੱਥੇ ਨਾਲ ਹੀ ਹੈ ਨੇ ਸੈਦ ਗੁਲਾਮ ਰਸੂਲ ਰਹਿਮਤੁੱਲਾ ਲੇ ਉਹਨਾਂ ਦੀ ਫੌਜੀ ਨੇ ਅੱਛਾ ਇੱਕ ਇੱਕ ਸੀਛਨਾਗ ਹੈ ਔਰ ਇੱਕ ਸੀਛਨਾ ਕੋਬਰਾ ਨੇ ਸੀਛਨਾ ਕੋਬਰਾ ਹਾਂਜੀ ਮੈਂ ਸਮਝਾ ਨਹੀਂ ਸੀਛਨਾਗ علیحد੍ਹਾ ਹੈ ਔਰ ਇਹ ਸੀਛਨਾ ਕੋਬਰਾ ਵੱਖਰਾ ਹੈ ਸੀਛਨਾਗ علیحد੍ਹਾ ਹੈ ਕੋਬਰਾ علیحد੍ਹਾ ਹੈ ਕੋਬਰਾ علیحد੍ਹਾ ਸੱਪ ਸੱਪ ਨਹੀਂ ਨਹੀਂ ਹੈ ਤੇ ਜੋੜਾ ਸੀਛਨਾਗਾਂ ਦਾ ਸੀਛਨਾਗਾਂ ਦਾ ਜੋੜਾ ਨਾ ਸੀਛਨਾਗ ਬਲਾਦਰੀ ਵੱਖਰੀ ਏ ਉਹ ਸੀਛਨਾ ਕੋਬਰਾ